ਗਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਸਿਆਸਤ ਦੇ ਵਿੱਚ ਆਇਆ ਵੱਡਾ ਪੁਚਾਲ ਹੁਣੇ-ਹੁਣੇ ਕਰਤਾ ਵੱਡਾ ਐਲਾਨ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਦੇ ਨਾਲ ਆਪਣੀ ਪਾਰਟੀ ਦੇ ਗੱਠ ਜੁੜਦਾ ਐਲਾਨ ਕੀਤਾ ਹੈ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ਖਾਵਤ ਦੇ ਨਾਲ ਮਿਲਣ ਦੇ ਲਈ ਨਵੀਂ ਦਿੱਲੀ ਪਹੁੰਚੇ ਜਿੱਥੇ ਦੋਵਾਂ ਪਾਰਟੀਆਂ ਦੀ ਆਪਸ ਦੇ ਵਿੱਚ ਜੱਫੀ ਪੈ ਗਈ ਆ ਭਾਵ ਗੱਠ ਜੋੜ ਤੇ ਸਹਿਮਤੀ ਬਣ ਗਈ ਆ ਗੱਠ ਜੋੜ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਚੋਣਾਂ ਦੇ ਲਈ ਬਹੁਤ ਤਿਆਰਾਂ ਤੱਤਿਆਂ ਤੇ ਅਸੀਂ ਇਹ ਚੋਣਾ ਜਿੱਤਣ ਜਾ ਰਹੇ ਹਾਂ ਸੋ ਜਿੱਤਣ ਜਾ ਰਹੇ ਹਾਂ ਸੋ ਪਹਿਲਾਂ ਹੀ ਚੋਣਾ ਤੋਂ ਐਲਾਨ ਕੈਪਟਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਸੀਟਾਂ ਵੰਡ ਦੇ ਫੈਸਲੇ ਨੂੰ ਲੈ ਕੇ ਪਹਿਲਾਂ ਧਿਆਨ ਰੱਖਦੇ ਹੋਏ ਸੀਟ ਟੂ ਸੀਟ ਦੇ ਆਧਾਰ ਤੇ ਲਿਆ ਜਾਵੇਗਾ ਇਹ ਚੋਣਾ ਜਿੱਤਣ ਦੇ ਲਈ 101% ਉਹ ਯਕੀਨੀ ਹਨ ਤੇ ਭਾਜਪਾ ਨੇ ਵੀ ਇਸ ਗੱਠ ਜੋੜ ਤੇ ਆਪਣੀ ਅੰਤਮ ਮੋਹਰ ਲਾ ਦਿੱਤੀ ਹੈ ਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਤੋਂ ਬਾਅਦ ਗਜੇਂਦਰ ਸ਼ਿਖਾਵਤ ਨੇ ਕਿਹਾ ਹੈ ਕਿ 7 ਦੌਰ ਦੀ ਗੱਲਬਾਤ ਤੋਂ ਬਾਅਦ ਮੈਂ ਪੁਸ਼ਟੀ ਕਰਦਾ ਹਾਂ ਕਿ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਨਾਲ ਇਕੱਠੇ ਰਲ ਕੇ ਲੜੇਗੀ ਤੇ ਸੀਟ ਸ਼ੇਅਰ ਵਰਗੇ ਵਿਸ਼ਿਆਂ ਤੇ ਬਾਅਦ ਵਿੱਚ ਚਰਚਾ ਕੀਤੀ ਜਾਵੇਗੀ ਫਿਲਹਾਲ ਸਾਡਾ ਕੰਸਟਰੈਟ ਚੋਣ ਜਿੱਤਣ ਤੇ ਵੋਟਾਂ ਲੜਨ ਦੇ ਤੇ ਹੈ ਚੋਣਾਂ ਲੜਨ ਤੇ ਹੈ ਅਸੀਂ ਸੀਟਾਂ ਅਸੀਂ ਬਾਅਦ ਦੇ ਵਿੱਚ ਵੰਡ ਲਵਾਂਗੇ ਪਰ ਹੁਣ ਅਸੀਂ ਗੱਠ ਜੋੜ ਦੇ ਤੌਰ ਤੇ ਚੋਣਾਂ ਲੜਾਂਗੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਗੱਠ ਜੋੜ ਨੂੰ ਪੰਜਾਬ ਦੇ ਵਿੱਚ ਕਿੰਨਾ ਕੁ ਫਾਇਦਾ ਹੋ ਸਕਦਾ ਕਮੈਂਟ ਸੈਕਸ਼ਨ 'ਚ ਜਰੂਰ ਲਿਖੋ